हाँ ना शेड सिविक वास्ते बनाया सी, सिविक सारी इत खड़ सी और जड़ी सारी आल्टो है वो इस दे विच खड़ सी। एक मेरा घर हुण इधर तले खड़ सी थारे भिरा दी कार और इंशाल्लाह कार पीछे बिल्कुल साफ सुथरी रहे। वैसे मोहम्मद शहजाद उर्फ वेला मुंडा खूबसूरत गैराज बनवा रही है अपनी गड्डी वास्ते, होंडा सिविक वास्ते, ते अस ओ भी तुहानू विखावणा है। ए तो F16 है मशीन ते डो रखन ते ए शहजादे जनाब उत चढ़ गए। अस्सलाम वालेकुम, क्या हाल है जी? ठीक हो? तबीयत से ठीक है? मैं हाँ अली काजम, तो सवेद पे हो यूट्यूब चैनल अली काजम ऑफिशियल। ये आज दा मजेदार व्लॉग स्टार्ट करने हैं। वेखो बिजली है कोई ना, पट्ठे अस मशीन डो रखन ए शहजादे जनाब उस चढ़ गए। बैठा तो लिखे करें देखो ऐ तेरी फद्दा हो गया, हसी बुड हो गया, ये दंद नहीं करना ए की गल, फद्दा हो गया, फद्दा तू दंद दिखा, दंद दिखा, ये दंद है सोने दंद है। ਵੀਰ ਜੋ ਮੇਰਾ ਫੇਵਰੇਟ ਯੂਟਿਊਬਰ ਜਿਹੜਾ ਨਾ ਉਹ ਸਰੈਕੀ ਦਾ ਯੂਟਿਊਬਰ ਜਨਾਬ ਵੇਲਾ ਮੁੰਡਾ, ਮੁਹੰਮਦ ਸ਼ਹਿਜ਼ਾਦ ਉਰਫ ਵੇਲਾ ਮੁੰਡਾ। ਹੋਂਡਾ ਸਿਵਿਕ ਗੱਡੀ ਜਿਹੜੀ ਨਾ ਉਹ ਗੁਲੇਂਦਾ ਵਧਾ ਲੱਭਦਾ ਵਧਾ, ਅੱਲਾ ਕਰੇ ਉਸਨੂੰ ਮਿਲ ਜਾਵੇ ਜੀ, ਉਹਨੂੰ ਬੜਾ ਸ਼ੌਂਕ ਹੈ ਪਿਆ। ਅਤੇ ਉਸ ਉਹਦੇ ਵਾਸਤੇ ਨਾ ਗਰਾਜ ਬਣਵਾਇਆ, ਬੜਾ ਖੂਬਸੂਰਤ ਖੂਬਸੂਰਤ ਗਰਾਜ ਬਣਵਾ ਰਿਹਾ ਆਪਣੀ ਗੱਡੀ ਵਾਸਤੇ, ਹੋਂਡਾ ਸਿਵਿਕ ਵਾਸਤੇ। ਅਤੇ ਅਸਾਂ ਉਹ ਵੀ ਤੁਹਾਨੂੰ ਵਿਖਾਉਣਾ ਹੈ ਵੀ ਉਹ ਕਿਤਨਾ ਖੁਸ਼ ਬੰਦਾ ਨਜ਼ਰ ਆ ਰਿਹਾ ਔਰ ਕਿਤਨਾ ਖੂਬਸੂਰਤ ਗਰਾਜ ਬਣਾ ਰਿਹਾ, ਕਿਤਨਾ ਖਰਚਾ ਕਰ ਰਿਹਾ। ਅੱਲਾਹ ਤਾਲਾ ਉਹਨੂੰ ਹੋਰ ਮਜ਼ੀਦ ਤਰੱਕੀ ਦੇਵੇ ਜੀ, ਸਾਡੀ ਦੁਆ ਹੈ। ਇਹ ਕੈਮਰਾ ਕਾਰਡ ਕਿ ਤੁਸੀਂ ਉੱਤੇ ਸਾਈਡ ਛੋੜੋ ਨਾ, ਆਹ ਵਾਲੋ ਕੈਮਰਾ ਲੱਗ ਮੈਂ ਸੜਿਆ ਸਮਾਂ ਤੋਂ ਆਸੀ ਆਪ ਸੈੱਟ ਕਰਦੇ ਸੀ ਉਹ ਥਾ ਅੜਦਾ ਪੈ ਸਜ਼ਾਦ ਭਾਈ ਪਿੱਛੇ ਦੇ ਕੇ ਦਿਖਾਣਾ ਜਿਹੜੀ ਸਾਈਡ ਬਰਾਬਰ ਰਸਾਂ ਖੜਾ ਮੈਂ ਦੂਰ ਬਣਾ ਦੋ ਥੋੜਾ ਜਿਹਾ ਹੁਣ ਇਹਦੇ ਤਲੇ ਖੜ ਸੀ ਤੁਹਾਡੇ ਭਰਾ ਦੀ ਕਾਰ ਔਰ ਇਨਸ਼ਾਅੱਲਾ ਕਾਰ ਪਿੱਛੇ ਬਿਲਕੁਲ ਸਾਫ ਸੁਥਰੀ ਰਹੇ ਵੈਸੀ ਹੁਣ ਜਲਦੀ ਸਿਵੇਕ ਵੀ ਘਿੰਸ ਇਨਸ਼ਾਅੱਲਾ तेरी सर्दी बड़ी है वीवर्स, देखो ऐ तेरी खैर है, कैब बड़ी प्यारी है यार माशाल्लाह। हूँ किधर जाऊँ मैं? शहर जाऊँ। सर्दी है? ये सर्दी बड़ी है। हाँ? सर्दी बड़ी है। काला क्या करूँ मैं? पानी भरूँ मैं? हाँ? पैरां तू ना अपने आप जनी चल फिर नहीं सकता, बड़ा मुश्किल नाले चलता फिरदा है पिया, देखो हूँ पानी भरू है जी, गिलास चाई वदा है ते भर दे। हैं माशाल्लाह माशाल्लाह, मैं गेड़ा और दे, मैं गेड़ा और दे, मैं गेड़ा, चल तू गिलास भर, चल मैं गिड़े ना, चल इन्ना भर गंदा ही पानी, चल मैं गिड़े ना, चल अच्छा और दे तू गेड़, मैं ना, मैं गिलास नप खलोन और दे, चल ऐ जी मैं गिलास नपया ते हूँ नलका गिड़ा पिया माशाल्लाह, पानी आ गया यो क्यों नहीं आप? हैं काला तो नलका गेट तो गिलास भरी खला है, बस भाई बस ऐला ठीक है, पानी का गिलास भरी गया है विवर्स, ये उत्ते रखता पिया तो बिटी वैसी आ ਵੀਵਰ। ਸਰਦੀ ਬਹੁਤ ਜ਼ਿਆਦਾ ਹੈ ਪਈ ਸਾਡੇ ਕੋਲ ਇਸ ਟਾਈਮ, ਤਕਰੀਬਨ 12 ਦਾ ਟਾਈਮ ਹੋ ਗਿਆ ਜੀ, 12:15 ਦਾ ਟਾਈਮ ਹੈ ਅਤੇ ਸਰਦੀ ਫੁੱਲ ਅਰੂਜ 'ਤੇ ਹੈ ਪਈ। ਵੇਖੋ ਧੁੰਦ ਅਜਣ ਵੀ ਖਾਲੀ ਹੈ, ਬਿਲਕੁਲ ਮੌਸਮ ਸਾਫ਼ ਕੋਈ ਨਹੀਂ ਹੋਇਆ, ਸੂਰਜ ਕੋਈ ਨਹੀਂ ਨਿਕਲਿਆ ਸਾਡੇ ਕੋਲ। ਇਹ ਅਸਾਂ ਜਿਹੜਾ ਹੁਣ ਆਪਣਾ ਕੋਈ ਕੰਮ ਸ਼ੰਮ ਕਰ ਰਿਹਾ ਪਿਆ, ਅੱਜ ਕੱਲ੍ਹ ਬਾਹਰ ਜਾਵਣ ਦਾ ਕੋਈ ਮੌਸਮ ਹੀ ਕੋਈ ਨਹੀਂ, ਸਿਰਫ ਆਪਣਾ ਘਰ ਰਹੋ ਅਤੇ ਘਰ ਦਾ ਕੰਮ ਕਰੋ ਬਸ। ਸਰਦੀ ਬਹੁਤ ਜ਼ਿਆਦਾ, ਵੇਖੋ ਕੈਬ ਕੀਤੀ ਹੋਈ ਜੀ, ਸਰਦੀ ਤੋਂ ਬਚਣ ਵਾਸਤੇ ਲਾਜ਼ਮੀ ਹੈ ਕਿ ਆਪਣਾ ਸਿਰ ਨੂੰ ਜਿਹੜਾ ਹੈ ਕੱਜੋ, ਕੋਈ ਟੋਪੀ ਛੋਪੀ ਕਰੋ ਅਤੇ ਕੋਈ ਮਫਲਰ ਕਰੋ, ਇਹ ਕੋਟੀ ਛੋਟੀ ਕੋਈ ਪੁਰਾਣੀ ਸ਼ੁਰਾਣੀ ਜਿਹੜੀ ਕਿ ਪਜਾਨ ਘੱਟ 'ਤੇ ਪਾ ਲਈਆਂ ਮਾਸ਼ਾਅੱਲਾ। ਇਹ ਵੇਖੋ ਅਸਾਂ ਆਪਣੇ ਖੇਤਾਂ 'ਚ ਆ ਗਏ ਹਾਂ, ਅਸੀਂ ਹੁਣ ਇਹ ਵੇਖੋ ਪੱਠੇ ਕੱਪੜੇ, ਇਹ ਮੇਰੇ ਨਾਲ ਭਾਈ ਮੁਲਾਜ਼ਮ ਵਧਣ ਅਤੇ ਅਸਾਂ ਪੱਠੇ ਵੱਢਵਾਂ ਪਏ,
ਪਰ ਇਸ ਮੌਸਮ ਵਿੱਚ ਪੱਠੇ ਕੱਪਣਾ ਬੜਾ ਮੁਸ਼ਕਿਲ ਕੰਮ ਹੀ ਨੇ, ਬਹੁਤ ਮੁਸ਼ਕਿਲ ਕੰਮ ਹੈ। ਇਹ ਵੇਖੋ ਦਾਤਰੀਆਂ ਸਾੜੀਆਂ ਆਈਆਂ ਪਈਆਂ ਅਤੇ ਅਸਾਂ ਹੁਣ ਪੱਠੇ ਵੱਢਣੇ ਨੇ। ਪੱਠੇ ਵੱਢਣ ਵਾਲਾ ਬਹੁਤ ਹੀ ਮੁਸ਼ਕਿਲ ਕੰਮ ਹੈ ਪਿਆ। ਕਿਉਂ ਜੀ, ਮੁਸ਼ਕਿਲ ਨਹੀਂ? ਬਿਲਕੁਲ ਯਾਰ, ਸਰਦੀ ਦੇ ਵਿੱਚ ਕੰਮ ਕਰਨਾ ਜਿਹੜਾ। ਟੋਪੀ ਬੜੀ ਮਾਰੀ ਹੈ, ਕਿਹਦੇ ਲਈ ਆਈ ਇਹ ਟੋਪੀ? ਯਾਰ ਸ਼ਹਿਰੋਂ ਲਈ, ਹੋਰ ਕਿਹਦੇ ਲਈ? ਕਿਤਨੇ ਪੈਸੇ ਭਰੇ ਨੇ? ਪੈਸੇ ਲੱਗਿਆ ਨੇ ਦਿੱਤੇ ਤਕਰੀਬਨ ਮਾਨਾ ਕੋਈ 2500-3000 ਲੱਗਾ। ਕੋਈ ਨਹੀਂ, ਡੇਰ ਦਿਓ ਗੰਨ ਲਈਏ। ਚੱਲ ਹੁਣ ਪੱਠੇ ਵਾਟ ਜਲਦੀ ਕਰ ਦੇ। ਪੱਠੇ ਯਾਰ ਵੱਡੀਆ, ਹੁਣ ਵੀਵਰ ਸਰਦੀ ਬੜੀ ਹੈ ਭਾਈ, ਪੱਠੇ ਵੱਢਣ ਦਾ ਦਿਲ ਨਹੀਂ ਆਦਾ ਪਿਆ। ਲੇਕਿਨ ਮਜਬੂਰੀ, ਬਸ ਕੀ ਕਰੀਏ ਜੀ, ਕੰਮ ਮੇਰਾ ਤਾਂ ਦਿਲ ਨਹੀਂ ਆਦਾ। ਡੋਜ ਰੱਖਿਓ ਜੀ, ਉਹਨਾਂ ਦੀ ਹੁਣ ਕਰਨੀ, ਉਹਨਾਂ ਨੂੰ ਖਵਾਉਣਾ ਪਿਆਉਣਾ ਤਾਂ ਪੰਦਾ ਨਾ ਯਾਰ, ਉਹਨਾਂ ਨੂੰ ਭੁੱਖਾ ਤਾਂ ਨਹੀਂ ਖਲਾਣਾ। ਬਿਲਕੁਲ ਬਿਲਕੁਲ, ਆਪ ਤਾਂ ਸਾਰਾ ਅੱਜ ਤਾਂ ਖਾ ਪੀ ਲੈਂਦੇ ਹਾਂ, ਲੇਕਿਨ ਡੋਰਾਂ ਨੂੰ ਤਾਂ ਖਵਾਉਣਾ ਪਿਆਉਣਾ ਚਾਹੀਦਾ ਇਹਨੂੰ। ਅੱਜ ਤਾਂ ਮੁੜ ਬਹੁਤ ਹੀ ਬੰਜਾ ਹੀ ਖਾਣਾ, ਬਹੁਤ ਹੀ ਨਾ ਵੀ ਖਾ ਯਾਰ। ਅੱਜ ਹੁਣ ਕੋਈ ਨਾ ਖੂਬਸੂਰਤ ਫੁੱਲ ਲੱਗੇ ਹੋਏ ਜੀ, ਗੋਭੀ ਰਾਏ ਦੇ, ਇਹਨਾਂ ਦੇ ਵਿੱਚ ਅਸਾਂ ਆਏ ਖਲਿਆ। ਪੱਠੇ ਵੱਢਣੇ ਨੇ, ਕੰਮ ਬੜਾ ਔਖਾ ਇੱਥੇ, ਲੇਕਿਨ ਮਾਹੌਲ ਬੜਾ ਪਿਆਰਾ ਹੈ, ਮਾਹੌਲ ਪਿਆਰਾ ਹੈ। ਤਿਆਰੀ ਕਰਨ ਦਾ ਪਿਆ ਬੰਦਾ, ਟਾਈਮ ਹੀ ਨਹੀਂ ਲੱਗਦਾ ਤੁਹਾਨੂੰ, ਮੋਬਾਈਲ ਚਲਾਉਣ ਦਾ ਟਾਈਮ ਨਹੀਂ ਲੱਗਦਾ ਬਈ। ਹੁਣ ਪੱਠੇ ਵੱਢਣੇ ਪਏ, ਮੁੜ ਗਏ ਢੋਵਣੇ, ਮੋਟੋ ਟੁਕਣਾ ਪਾਵਣਾ ਉਹਨਾਂ ਨੂੰ, ਡੋਰਾਂ ਨੂੰ ਉਹਨਾਂ ਨੂੰ ਪਾਣੀ ਸ਼ਾਣੀ ਪਿਵਾ, ਦੂਜਾ ਕੰਮ ਸ਼ੁਰੂ ਕਰਨਾ, ਜ਼ਿਆਦਾ ਤਕਰੀਰ ਨਾ ਕਰ। ਉਹਨਾਂ ਦਾ ਪਿਆ ਮਾਹੌਲ ਬੜਾ ਜ਼ਬਰਦਸਤ ਹੈ, ਮਾਹੌਲ ਹੀ ਜ਼ਬਰਦਸਤ ਹੈ ਜੀ, ਇਤਨੀ ਤਰੇਲ ਪਈ ਹੈ ਪੱਠੇ ਵੱਢਣੇ, ਇਤਨਾ ਮਸਲਾ ਪਿਆ ਦੇ, ਉਹ ਮਾਹੌਲ ਬੜਾ ਪਿਆਰਾ, ਉਹਨ ਮਾਹੌਲ ਪਿਆਰਾ। ਚਲ ਯਾਰ, ਇਹ ਵੇਖੋ ਵੀਵਰ, ਫਾਈਨਲੀ ਅਸਾਂ ਪੱਠੇ ਵੱਢਣ ਦਾ ਪਿਆ। ਇਹ ਵੇਖੋ ਬਾਈ ਮੁਲਾਜ਼ਮ ਜਿਹੜਾ ਪੱਠੇ ਨੂੰ ਸ਼ੁਰੂ ਹੋ ਗਏ, ਸ਼ਬਨਮ ਫਿਲਹਾਲ ਬਹੁਤ ਜ਼ਿਆਦਾ ਪਈ ਹੈ ਪਠਨ। ਮਾਹੌਲ ਚੰਗਾ ਜੀ, ਮਾਹੌਲ ਕੀ ਆ ਚੰਗਾ ਪਈ, ਅਸਾਂ ਤੇ ਪੈ ਬੈਠਾ, ਮਾਹੌਲ ਚੰਗਾ ਵਿਵਰ। ਇਹ ਪੱਠੇ ਵੱਢਣ ਵਾਲਾ ਬੜਾ ਪਿਆਰਾ ਕੰਮ ਹੈ ਪਿਆ। ਲੋਕ ਜਿਹੜੇ ਸ਼ਹਿਰੀ ਲੋਕ ਇਹਨਾਂ ਉਹ ਤਰਸਦੇ ਨੇ ਵੀ ਇਹ ਮਾਹੌਲ ਸਾਨੂੰ ਮਿਲਿਆ, ਲੇਕਿਨ ਉਹਨਾਂ ਨੂੰ ਮਿਲਦਾ ਨਹੀਂ। ਇਹ ਕੋਈ ਪੱਠੇ ਵੱਢਣਾ ਨਾ ਸ਼ਹਿਰੀ ਲੋਕ, ਮੁੜ ਉਹਨਾਂ ਨੂੰ ਮਾਹੌਲ ਦਾ ਪਤਾ ਲੱਗਿਆ ਵੀ ਪੱਠੇ ਕਿਵੇਂ ਵੱਢਣੇ ਹੁੰਦੇ ਨੇ। ਉਹ ਪੱਠੇ ਤਾਂ ਨਹੀਂ ਵੱਢ ਸਕਦੇ, ਲੇਕਿਨ ਇਹ ਬਈ ਉਹ ਸ਼ੌਂਕ ਉਹਨਾਂ ਨੂੰ ਹੁੰਦਾ ਵੀ ਇਹ ਕੰਮ ਕਰ ਤੇ ਚੈੱਕ ਕਰੀਏ, ਲੇਕਿਨ ਵਿਵਰ ਤੇ ਬੜਾ ਮੁਸ਼ਕਿਲ ਕੰਮ ਹੈ ਪਿਆ। ਉਹਨਾਂ ਦਾ ਪੂਰਾ ਹੋ ਨਹੀਂ ਆ ਇਹ ਵਿਵਰ ਤੇ ਦਦ ਆਮਦ ਵਾਲਾ ਖੋਤਾ ਕਹਿੰਦਾ ਦਦ ਆਮਦ ਵਾਲਾ ਜਿਹੜਾ ਵੇਲਾ ਮੁੰਡਾ ਨੀ ਆਪਣੀ ਵੀਡੀਓ ਵਿਖਾਈ ਦਾ ਦਦ ਆਮਦ ਵਾਲਾ ਮੈਂ ਅੱਜ ਉਹ ਫਾਦਾ, ਮੈਂ ਕਿਹਾ ਤਾਂ ਪੱਠੇ ਲਾਣ ਲਈ, ਲੇਕਿਨ ਉਹਦਾ ਰੰਗ ਤਾਂ ਹੋਰ ਹੈ, ਮੈਂ ਉਹਦਾ ਰਲਦਾ ਮਿਲਦਾ ਬਿਰਾ ਹੈ। ਇਹ ਖੋਤਾ ਜੇ ਗੱਦੇ ਖੋਤਾ ਦਦ ਆਮਦ ਵਾਲਾ। ਅੱਛਾ, ਉਹ ਵੇਲਾ ਮੁੰਡੇ ਦੇ ਗਵਾਡੀ ਗਵਾਡੀ ਵਾਲਾ, ਉਹ ਵੇਲੇ ਮੁੰਡੇ ਨੂੰ ਸ਼ਰਾਬ ਭਾਈ ਨੂੰ ਬੜਾ ਖੋਤੇ ਤੰਗ ਕੀਤਾ ਹੋਇਆ, ਮੈਂ ਛੋੜ ਲਿਆ ਤੋ ਲੈ ਲਿਆ। ਮੈਂ ਕਿਹਾ ਜਾ ਤਾ ਇਹਨੂੰ ਲਾ, ਇਸ ਤੇ ਪੱਠੇ ਚੰਗੇ ਕਰਦੇ ਲੜੀ, ਇਹ ਸ਼ਹਿਜ਼ਾਦ ਭਾਈ ਨੂੰ ਤੰਗ ਬੜਾ ਕੀਤਾ ਹੋਇਆ ਵੇਲੇ ਮੁੰਡੇ ਨੂੰ ਬੜਾ। ਚਲੋ ਠੀਕ ਹੈ, ਪੱਠੇ ਹਾਂ ਹੁਣ ਲੈ ਵਾਂ ਜਲਦੀ ਜਲਦੀ, ਮਸ਼ੀਨ ਸੱਟਿਆ ਤੂੰ ਦੂਏ ਹੋਰ ਵਟੇਂਦੇ ਉੱਥੇ ਇੱਕ ਪੇਰਾ ਹੋਰ ਸੜਦਾ। ਹਾਂ ਜੀ, ਤਾਂ ਤਾਂ ਵੀ ਸੈੱਟ ਹੋ ਸੀ, ਸੈੱਟ ਹੋ ਸੀ ਜੀ, ਬੜਾ ਤੰਗ ਕੀਤਾ ਹੋਇਆ। ਚਲ ਠੀਕ ਹੈ, ਲੈ ਜਾ। ਹਾਂ ਭਾਈ, ਵੀਡੀਓ ਅੱਜ ਦੀ ਸਾਡੀ ਅੱਛੀ ਲੱਗੀ ਤਾਂ ਤੁਸੀਂ ਲਾਈਕ ਜ਼ਰੂਰ ਕਰੇ ਸੋ, ਔਰ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਔਰ ਬੈਲ ਆਈਕਨ ਆਲ 'ਤੇ ਪੁਸ਼ ਕਰ ਰੱਖਿਆ ਤਾਂ ਕਿ ਆਉਣ ਵਾਲੀ ਸਾਡੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਬਾਸਾਨੀ ਮਿਲ ਸਕੇ। ਬਹੁਤ ਸ਼ੁਕਰੀਆ ਵੀਡੀਓ ਵੇਖਣ ਦਾ। ਅੱਲਾ ਹਾਫਿਜ਼।